समान आ गया मित्रों मेरा, समान आ गया, समान एन का लगे मुंडे लगे। लो ये मित्रों आ गई अपनी बहिच बार। हैप्पी तांबड़ दा धन्यवाद बहुत बहुत। बाकी समान कट गया हूँ, सीधा टूल बाहर ही रखा लगे। आप ਹੋਰ ਪਿੱਛੇ ਜਾਣ ਦੇ ਮਰਿਆ। ਬਸ ਠੀਕ ਆ। ਹਾਂ ਸਮਾਨ ਲੱਦਿਆ ਜੀ ਮੁੰਡੇ ਨੇ। ਪੇਟੀ ਕਾਹਦੀ ਆ? ਉਹ ਚ ਗੱਲ ਪੇਟੀ ਚ ਕੀ ਆ? ਹੋਰ ਕੀ ਪਤਾ ਲੱਗੂਗਾ। अच्छा ठीक है। ओके मैं भी मुंडा हैप्पी तांबड़ लैके आया अपना समान। धन्यवाद हैप्पी का ते पवित्र भाई का। आ गई जी अपन स्ट्रैपा जड़िया है वो मैं तुम दिखा भी आप मंगाई काले रंग दियाँ। काले रंग स्ट्रैप्स ने ट्रक के नाल मैचिंग। बाकी जो जो चीज़ा मैंने काले रंग मंगा दें तो मंगा लिया, बाकी जड़िया चीज़ नहीं मिली वो नहीं मंगाई है ना। सो आ है अपने कॉर्नर प्रोटेक्टर जो आ जड़िया है अपना रैचेट वाली स्ट्रैप आ जिन्हें काटी कूटी मारनी पैंती है ना। आ ओवर साइज लोड वाला रिक्वायरमेंट आ कि ओवर साइज भी चुका। आ टार्प प्रोटेक्शन है मेरे हिसाब न खूंजिया जाके भी टार्प ना पाटे। तो आ भी उही है जुगाड़ अपना लोड प्रोटेक्टर जहा। आ पता नहीं की है खोल के देखना बहुत कई चीज़ा जितनी मैंने हम चेता नहीं कि ऑर्डर की। अच्छा ये हैगा ओके, ये हैगा स्ट्रैपा रोल करने वाला जुगाड़मेंट जहा। आ हैगा जरा आ जिन्ना कॉर्नर प्रोटेक्टर उत्ते टिकाने ना वो जुगाड़ जहा डंडा जहा। आ हैगी अपनी तरपाल अठ बुटी तरपाल आ टार बजे कहने वो बेंच बार इधर अपन स्ट्रैप्स। आ काम है वे अपना फ्लैट बैड का जोड़ा आ हले मैं समान रखना शुरू ही किया तो आ पसीना चोन भी लग पाया मेरा वो बल्ले बल्ले भी धन आओ फ्लैट बैड वाले मुंडे तुम ओ पंगा ले लिया हूँ आप कहते काम औखा पर करा कोई चक्कर नहीं है। हले टार भी चाहे रखी हले ट्राले च मैं टूल वाह के चंगा भी मुड़िया धन्यवाद तेरा बहुत बहुत मरिंडे वाले। गल बन गई हम लदीए समान आप बहजा बहजा हो गई मित्रों बहजा बहजा। आओ डंडा जहा जरा उत्ते लोड के उत्ते जुगाड़ जो रखी था अपना कॉर्नर प्रोटेक्टर जो है ना स्ट्रैपा वाले तो वो जुगाड़ जहा है। आ जुगाड़ जोड़ा है आ वाला इनू इतने ला के तेरी मैनु बहुत ही जानकारी है नहीं पर फिर भी माड़ी मोटी हैगी है। इतने ला के तो मुड़ के नलका चलाओ ये हैगा जिहड़ियां स्ट्रैप्स है उन्होंने दोबारा कट्टियां करने लई गोल गोल घुमा के है ना वो जुगाड़ है। ये मतलब कि इनू काम ईजी करने लई थोड़ा जिहा ये आ
ਇਦਾਂ ਲੈ ਜਾਂਦਾ ਇਹ ਲੈ ਆ ਲਫਾਫਿਆਂ 'ਚ ਰਹਿਣ ਦਿੰਦੇ ਹਾਂ ਇਹਨਾਂ ਨੂੰ ਕੱਲ ਹੀ ਹੁਣੀ ਕੱਢਣਾ ਲਫਾਫਿਆਂ 'ਚੋਂ ਜਿੱਦਾਂ ਜਿੱਦਾਂ ਲੋੜ ਪਈ ਗਈ ਉੱਦਾਂ ਉੱਦਾਂ ਲਫਾਫੇ 'ਚੋਂ ਕੱਢੀ ਜਾਵਾਂਗੇ ਹੈ ਨਾ ਠੀਕ ਆ ਕਿ ਨਹੀਂ ਮੁੰਡੇ ਜਿਹੜੀ ਜਿਹੜੀ ਚੀਜ਼ ਡੱਬਿਆਂ 'ਚ ਸੀਗੀ ਉਹ ਮੈਂ ਕੱਢ ਲਈ ਆ ਮੈਂ ਚੱਲ ਡੱਬਿਆਂ ਵਾਲਾ ਜਗਾੜ ਕੱਢ ਲੈਂਦੇ ਹਾਂ ਟੂਲ ਬਾਕਸ ਤਾਂ ਦੋਨੇ ਪਾਸੇ ਹੈਗੇ ਆਪਣੇ ਕੋਲ ਪਰ ਮੈਨੂੰ ਲੱਗਦਾ ਆਹ ਵਾਲਾ ਟੂਲ ਜਿਹੜਾ ਸਮਾਨ ਹੈ ਨਾ ਇੱਕੋ ਟੂਲ ਬਾਕਸ 'ਚ ਸਰ ਜਾਣਾ ਬਾਕੀ ਚੇਨਾਂ ਚੂਨਾਂ ਜਿਹੜੀਆਂ ਦੂਜੇ ਪਾਸੇ ਰੱਖ ਲਾਂਗੇ ਮੇਰਾ ਵਿਚਾਰ ਹੈਗਾ ਆ ਵੀ ਹੈਡ ਕਰੈਕ ਜਿਹੜਾ ਨਹੀਂ ਲਾਉਣਾ ਉਹ ਅਤੇ ਉਸ ਗੱਲ ਕਰਕੇ ਨਾ ਅਤੇ ਟੂਲ ਬਾਕਸ ਦੇ ਵਿੱਚ ਹੀ ਚੇਨਾਂ ਰੱਖ ਲੈਣੀਆਂ ਆਪਾਂ ਪਰਲੇ ਪਾਸੇ ਮੈਂ ਲਾ ਲਿਆ ਸਾਹਿਬ ਵੀ ਟੂਲ ਬਾਕਸ 'ਚ ਹੁਣ ਸਮਾਨ ਹੈਗਾ ਜ਼ਿਆਦਾ ਅਤੇ ਹੁਣ ਜਿੰਦਾ ਵੀ ਲਿਆ ਕੇ ਲਾ ਲਈਏ ਇਹਨੂੰ ਇੱਕ ਗੋਰਾ ਦੇਖਦਾ ਕਹਿੰਦਾ ਫਿਰ ਮਿੱਤਰੋ ਨਮੂਨਾ ਦੇਖ ਲਿਆ ਜਿਵੇਂ ਫਲੈਟ ਬੈਡਿੰਗ ਦਾ ਵੀ ਸਮਾਨ ਜਿਹੜਾ ਚੱਕ ਕੇ ਟਰੱਕ 'ਚੋਂ ਕੱਢ ਕੇ ਅਤੇ ਟਰਾਲੇ 'ਚ ਰੱਖਿਆ ਬਾਹਰ ਨਾ ਧੋਪਿਆ ਨਾ ਛਾਇਆ ਕਿਉਂਕਿ ਬੱਦਲਵਾਈ ਆਈ ਜਾਂਦੀ ਆ ਜਾਈ ਜਾਂਦੀ ਆ ਪਰ ਬਾਈ ਤੁਹਾਡੇ ਤਾਂ ਪਸੀਨਾ ਪਸੀਨੀ ਹੋ ਗਿਆ ਕੰਮ ਅਤੇ ਪਾਣੀ ਵੀ ਲੈ ਲਿਆ ਹੁਣ ਇਹ ਆ ਬਈ ਹੁਣ ਬੱਜੂਗਾ ਨਾ ਯਾਰ ਫਲੈਟ ਬੈਡ 'ਤੇ ਪਰ ਕੋਈ ਗੱਲ ਨਹੀਂ ਹੁਣ ਤਾਂ ਸਿੰਘ ਫਸਾ ਲਏ ਆਪਾਂ ਫਲੈਟ ਬੈਡ ਨਾਲ ਹੁਣ ਨਹੀਂ ਢੜਦੇ ਬਾਬਾ ਸੁੱਖ ਰੱਖੇ ਬਸ ਅਤੇ ਆਪਣੇ ਭਰਾ ਹੈਗੇ ਆਪਣਾ ਵੀਰ ਸ਼ਰਨ ਸੰਦਰ ਉਹਨੇ ਮੈਨੂੰ ਬਹੁਤ ਗਾਈਡ ਕੀਤਾ ਹੈ ਨਾ ਟਰਾਲਾ ਲੈਣ ਦੇ ਚੱਕਰ 'ਚ ਮੈਂ ਪਹਿਲਾਂ ਹੋਰ ਟਰਾਲਾ ਕੋਈ ਮਤਲਬ ਕਿ ਟਰਾਈ ਕਰ ਰਿਹਾ ਸੀ ਬਾਈ ਗਾਂਧੀ ਮੈਨੂੰ ਉਹ ਦੇਖਣ ਨੂੰ ਸੋਹਣਾ ਲੱਗਾ ਫਿਰ ਉਹ ਬਾਈ ਨੇ ਮੈਨੂੰ ਗਾਈਡ ਕੀਤਾ ਕਹਿੰਦਾ ਵੀ ਮੈਕ ਜਿਹੜਾ ਆ ਉਹ ਕਹਿੰਦਾ ਵੀ ਮਤਲਬ ਕਿ ਇੱਕ ਨੰਬਰ ਟਰਾਲਾ ਆ ਅਤੇ ਫਿਰ ਆਪਾਂ ਇੱਧਰ ਮਤਲਬ ਕਿ ਮੈਕ ਵਾਲਿਆਂ ਨਾਲ ਗੱਲ ਕੀਤੀ ਸੀ ਚਲੋ ਬਾਬੇ ਦੀ ਮਿਹਰ ਨਾਲ ਟਾਈਮ ਸਿਰ ਦੋਨੇ ਚੀਜ਼ਾਂ ਤਿਆਰ ਹੋ ਗਈਆਂ ਅਤੇ ਹੁਣ ਫਿਰ ਕਰਦੇ ਹਾਂ ਗੱਲਾਂ ਬਾਤਾਂ ਤੁਹਾਡੇ ਨਾਲ ਦੱਸਦੇ ਪ੍ਰੋਗਰਾਮ ਲੋੜ ਅੱਜ ਮੈਨੂੰ ਲੱਗਦਾ ਮਿਲਣਾ ਨਹੀਂ ਸ਼ਨੀਵਾਰ ਨੂੰ ਕਹਿੰਦੇ ਵੀ ਫਲੈਟ ਬੈਡ ਦਾ ਕੰਮ ਘੱਟ ਹੀ ਹੁੰਦਾ ਆ ਸੋ ਮੇਰੇ ਹਿਸਾਬ ਨਾਲ ਮੈਂ ਦੋ ਦਿਨ ਹੁਣ ਇੱਥੇ ਨਜ਼ਾਰੇ ਲਵਾਂਗੇ ਮੈਂ ਸੁੱਤਾ ਨਹੀਂ ਦੋ ਦਿਨ ਅਤੇ ਹੁਣ ਦੋ ਦਿਨ ਪੂਰੇ ਮੈਨੂੰ ਕੋਲ ਸੌਣ ਦੇ ਹੈਗੇ ਆ ਅਤੇ ਨਜ਼ਾਰੇ ਲਵਾਂਗੇ ਹੁਣ ਆਪਾਂ ਨਜ਼ਾਰੇ ਮੈਂ ਬੈਠਾ ਜੀ ਓਹਾਇਓ ਅਮਰੀਕਾ ਦੇ ਸਭ ਤੋਂ ਪਹਿਲੇ ਇੰਟਰਸਟੇਟ ਟਰੱਕ ਸਟਾਪ 'ਤੇ 1956 'ਚ ਬਣਾਇਆ ਸੀਗਾ ਕਹਿੰਦੇ ਬੈਲੀਆਂ ਨੇ ਅਤੇ ਜਿਹੜੇ ਬਾਥਰੂਮ ਆ ਅਤੇ ਸ਼ਾਵਰ ਅੰਦਰ ਉਹ ਵੀ ਮੈਨੂੰ ਲੱਗਦਾ 1956 'ਤੇ ਬਣੇ ਹੋਏ ਬੜਾ ਬੁਰਾ ਹਾਲ ਆ ਸੋ ਮਿੱਤਰੋ ਗੱਲ ਹੈਗੀ ਇੱਦਾਂ ਵੀ ਚੇਨਸ ਸਟਰੈਪਸ ਬਾਲੇ ਅਤੇ ਆਪਣਾ ਮੈਟਲ ਲੋਡ ਪ੍ਰੋਟੈਕਟਰ ਚੇਨ ਪ੍ਰੋਟੈਕਟਰ ਵਾਲੇ ਜਿਹੜੇ ਆ ਚੇਨਾਂ ਤੋਂ ਬਚਾਉਣ ਲਈ ਲੋਡ ਨੂੰ ਉਹ ਵਾਲਾ ਜੁਗਾੜ ਮੈਂ ਅੱਜ ਚੱਕਣ ਆਇਆ ਮੈਂ ਇੱਥੇ ਓਹਾਇਓ ਲੰਡਨ ਮਿੱਤਰੋ ਗੱਲਬਾਤ ਹੈਗੀ ਇੱਦਾਂ ਸਮਾਨ ਚਾਹੀਦਾ ਸੀ ਸਾਨੂੰ ਥੋੜ੍ਹਾ ਹੋਰ ਥੋੜ੍ਹਾ ਤਾਂ ਰੱਖ ਲਿਆ ਸੀ ਆਪਾਂ ਨੇ ਥੋੜ੍ਹਾ ਹੋਰ ਚਾਹੀਦਾ ਸੀ ਉਹ ਵੀ ਅੱਜ ਇੱਥੋਂ ਖਰੀਦਿਆ ਫਲੈਟ ਬੈਡ ਇਕੁਪਮੈਂਟ ਸਪਲਾਈ ਵਾਲਿਆਂ ਨੇ ਲੰਡਨ ਓਹਾਇਓ ਇਹਨਾਂ ਨੂੰ ਸਮਾਨ ਖਰੀਦਿਆ ਪੂਰਾ ਬੰਦਾ ਹੈਲਪਫੁਲ ਹੈ ਥੋੜ੍ਹਾ ਪ੍ਰਾਈਸ ਥੋੜ੍ਹੇ ਜਿਹੇ ਹੈਗੇ ਕਹਿੰਦੇ ਜ਼ਿਆਦਾ ਇਹਨਾਂ ਦੇ ਬਟ ਮੈਂ ਕਿਹਾ ਚਲੋ ਕੋਈ ਨਹੀਂ ਸ਼ਿਪਿੰਗ ਨਾਲੋਂ ਬੰਦਾ ਹੁਣ ਇੱਧਰ ਆਇਆ ਅਤੇ ਆ ਕੇ ਚੱਕ ਲੈਂਦਾ ਹੁਣ ਮੈਂ ਰੱਖਾਂ ਇਹਨੂੰ ਸਮਾਨ ਨੂੰ ਵਿੱਚ ਟਰਾਲੇ ਦੇ ਮਿੱਤਰੋ ਪਸੀਨੇ ਨਿਕਲਿਆ ਸੋ ਆਹ ਕੰਮ ਹੋਣਾ
हाँ जी वैल्यू सो लोड मैं हले भी नहीं चक्या जिन्हों कहते होंगे बोहनी करनी इस ट्राले की बोहनी चट्ठ जिन्हों कहते चट्ठ करनी वह हले नहीं की मैं तो क्यों नहीं की क्योंकि अज मेरे को सारा समान है नहीं सगा तो दूजे नंबर से मैं थोड़ी घबराहट जी हो गई सी पर हूँ अपने को मतलब कि पूरे शिकंजे कस ले आप बंजियाँ आ है अपना कॉर्नर प्रोटैक्टर आ जो स्टील के लोड़ है उन्होंने अंदर रबड़ लगी इन्हों के अपने बाइंडर है 10 बाइंडर आ 4 कोयल रैक आ 10 चेना आ 20 फुटियाँ मेरे को मतलब कि कोयल भी चक सकता हूँ मैं भावें चकनी आँदी नहीं सानू पर चक सकते हैं है ना सो मतलब कि कहते हैं कमर कस ली आपने फ्लैट बैडर बननू तो हल्ते बने नहीं क्योंकि जिस दिन पहला लोड चक लिया ना मैं तो लाता बाबे की मेहर ने सही सलामत उस दिन मैं कहूँगा भी हाँ भी मैं फ्लैट बैडर बन गया आ जिहड़ा डने रैक आ भी स्पैशल मैक ने तैयार किया अंदर नूं थोड़ा डूंगा आ इहदे विच 6 बाले पए आ तो मैंने लगता भी 10-20 बाले ये होर रखे जाएंगे आराम ना तो मोहरे जो कोई गुटके गुटके जो छोटे रखने हो भी रख जाने जब टार पे रख लिया करा जे मतलब कि टूल बॉक्स के होर समान पाना पै गया वह पहले भी दसा तुम लिफ्ट लगी अपने ट्राले में टायर चके पे आ तो परले पास जो तुम मैं समान दिखाव आ यार मैंने लाइटा वाली थोड़िया जी डल लगदियाँ ये लाइटा थोड़िया ना ट्रक्स वाली पाया जहाँ जी ज़्यादा ब्राइट होंगे ना वो वाली सो इधरले टूल बॉक्स के जो तुम दिखाव तो ये पहला भी समान देख चुके हैं सो इधर उ बाद दस्ताने जोड़े है ग्लव्स जोड़े है ये मैं फ्री दिते है बेली ने बुजुर्ग ने जोड़ा जितों अच्छे चेना चूना चकी हैं वो बस नवा समान रखे ये बाकी सारा कुछ सेम आ करिए बंद तो चलीए हूँ मैं कल लोड चकना वैसे तुम मैं सही दस दवा बी टी क्यू एल का लोड आ एक करन ओहायो तो चकना हैगा तो जाना हैगा बेकर स्वीट अपने घर लग गई सो गुड मैं ला टने बाकी गल हैगी इदा भी पहला मैं अज सवेरे लोड मिलते नहीं स्ट्रैप एंड गो वाले तो मैं चेना चूना भी ले आंदियां सारियां तो हूँ मैं स्ट्रैप एंड गो वाला लोड मिल गया आ जिहड़ा हूँ चकना वो सिर्फ स्ट्रैप्स वाला ही आ तो हूँ वो चकांगे कल नूं 38,000 पाउंड भार लिखा आ बाकी हूँ जाके चक के पता लगेगा किन्ना क भार आ तो कुल मिला के आ ट्रेन हॉर्न लाया लपो के इतने थले अपने मैं नहीं लाया मतलब के जो डीलर से उन्होंने बंदे ने स्कूटर ने लाया हाँ हूँ कंपनी नाम भी लाता अपने उत्ते हूँ मैं सोचता भी इतों मैं लंडन ओहायो से हले मैं सोचता भी हूँ एकरन ओहायो के लागे जाके कि खड़ा ब्रोकर तो कहता अच्छ चक ला मैं अच्छ मेरे तो पहुँच नहीं होना उत्तर तो कहता 4 बजे बंद हो जाना मैं मैं 4:30 पहुँचना तो कहता कल सवेरे 7:30 जाके चक ली मैं चलो कोई नहीं 7-8 बजे तो मैं चक लूँगा जाके लोड तो चलिए फिर मित्रों आप हम आंदा मित्रों मोहरे अपना नैक्सट गोल चलो हल्ते तो फ्लैट बैड भी शुरू नहीं किया मैं बट ट्रक ज़्यादा लंबा लैन का अपना मेन मकसद यही सगा भी मैं इन पुशर एक्सल लाना आ तो ट्रक में आप लैके जाना ओवरसाइज लोडा के बच्चे सो आ भी मतलब कि ट्रेलर छोटा आपू ज़्यादा व्डे ओवरसाइज लोडा से लैके जावे होपफुली बाकी जो परमात्मा मंजूर आ पर मेरे मन च हैगा जरूर भी ये काम करना ही आ बाकी देखो आने वाला समा दसूगा समा बहुत बलवान है कहिंदे ठीक है ना जी गल है कि इदा मित्रों भी मैं एक करन आयो तो लागे आके खड़ गया आ ते इत्थे हुण की होण रिहा आ बूंदाबांदी नहीं हो रही बार मीं पै रिहा चंगा तकड़ा सुणदी आवाज नहीं सुणदी चलो फिर मैं तुहानूं दिखाउणा पै रिहा जी मीं पूरे जोरा शोरा तो मीह पैन डिया ये और ट्रक आया वो लाइटा ने दिखा मी शायद और पता मी और जी लाइट जी जगन डी वो पता लगता मीह चंगा पै रहा सौन की झड़ी नहीं लगी सौन की झड़ी हवा भी चल रही नाल नज़ारा वजिया मैं लाइट बंद करा अंदरली फेस शायद ज़्यादा वजिया बन गई गल
ਨਾਲ ਬਿਜਲੀ ਵੀ ਲੈ ਸਕਦੀ ਆ ਨਾ ਇਹ ਬੜੇ ਚਿਰਾਂ ਬਾਅਦ ਹੈ ਨਾ ਇੱਦਾਂ ਟਰੱਕ ਸਟਾਪ ਤੇ ਬੈਠਾ ਮੈਂ ਰੀਫਰ ਚ ਨਹੀਂ ਤਾਂ ਬੈਠੀ ਦੇ ਨਹੀਂ ਸੀ ਟਰੱਕ ਸਟਾਪ ਤੇ ਰੀਫਰ ਚ ਆਪਾਂ ਸੜਕਾਂ ਸੁੜਕਾਂ ਤੇ ਸੌਂਜੀਦਾ ਸੀਗਾ ਇੱਥੇ ਵੀ ਮੈਂ ਨਾ ਵਧੀਆ ਜੀ ਪਾਰਕ ਦੇਖ ਕੇ ਲਈ ਹੈ ਜਿੱਥੇ ਨਾ ਟਰੱਕ ਨਾਲ ਦੇ ਟਰੱਕ ਜਿਹੜੇ ਲੱਗਣੇ ਸਿੱਧੇ ਸਿੱਧੇ ਪਾਰਕ ਲੱਗ ਜਾਣ ਆਹ ਵਾਲਾ ਟਰੱਕ ਪਹਿਲੇ ਲੱਗਾ ਸੀ ਇੱਧਰ ਨਾਲ ਪਾਰਕ ਅਤੇ ਆਹ ਵਾਲਾ ਟਰੱਕ ਬਾਅਦ 'ਚ ਆ ਕੇ ਲੱਗਾ ਪਾਰਕ ਅਤੇ ਮੈਂ ਨਾ ਕਿ ਬਈ ਐਂ ਨਜ਼ਾਰੇ ਨਾਲ ਪਹਿਲਾਂ ਬੈਠਾ ਵੇ ਸੋ ਟੀਏ 'ਤੇ ਆਇਆ ਅੱਜ ਵੀ ਮੈਂ ਚੰਗਾ ਫਿਰ ਮਿੱਤਰੋ ਮਿਲਦੇ ਅਗਲੇ ਵਲੋਗ 'ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰਾਖਾ ਅਤੇ ਦੇਖਦੇ ਰਹੋ ਆਪਣਾ ਚੈਨਲ ਬਿਗ ਰਹੀ ਜੱਟ ਸਬਸਕ੍ਰਾਈਬਰ ਥੋੜ੍ਹੇ ਵੱਧ ਰਹੇ ਆਪਣੇ ਪੈਸੇ ਹੁਣ 27,000 ਦੇ ਲਾਗੇ 27-28,000 ਦੇ ਲਾਗੇ ਪਹੁੰਚ ਲਿਆ ਮਨ ਦਾ ਨਜ਼ਾਰਾ।